605 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਗ੍ਰਿਫਤਾਰ। ਹੁਸ਼ਿਆਰਪੁਰ ਪੁਲਿਸ ਨੇ ਧੋਬੀ ਘਾਟ ਨੇੜੇ ਨਾਕੇਬੰਦੀ ਦੌਰਾਨ ਇੱਕ ਕੈਂਟਰ 'ਚੋਂ 605 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕਰ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਗ੍ਰਿਫਤਾਰ ਵਿਅਕਤੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ ਅਤੇ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਹੁਸ਼ਿਆਰਪੁਰ ਤੋਂ ਅਜੀਤ ਵੈੱਬ ਟੀਵੀ ਲਈ ਹਰਜਾਪ ਸਿੰਘ ਦੀ ਰਿਪੋਰਟ। ਐਸਐਸਪੀ ਸਾਹਿਬ ਸ਼੍ਰੀ ਜੀ ਅਲੀ ਜੇਲੀਅਨ ਆਈਪੀਐਸ ਐਸਐਸਪੀ ਹੁਸ਼ਿਆਰਪੁਰ ਐਸਪੀਡੀ ਸਾਹਿਬ ਅਤੇ ਡੀਐਸਪੀ ਕੋਹਲੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ 'ਤੇ ਇਲੈਕਸ਼ਨ ਦੇ ਸੰਬੰਧ ਵਿੱਚ ਕਰੜੀ ਨਾਕਾਬੰਦੀ ਕੀਤੀ ਜਾਵੇ ਅਤੇ ਚੈਕਿੰਗ ਕੀਤੀ ਜਾਵੇ, ਜਿਸ ਦੇ ਤਹਿਤ ਅੱਜ ਸੁਬਹਾ ਅਸੀਂ ਧੋਬੀ ਘਾਟ ਤੋਂ ਨਾਕਾ ਲਾਇਆ ਹੋਇਆ ਸੀ ਅਤੇ ਉੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਵੀ ਇੱਕ ਟਰੱਕ ਦੇ ਵਿੱਚ ਕੋਈ ਨਜਾਇਜ਼ ਸ਼ਰਾਬ ਦੀ ਉੱਥੇ ਪਲਟੀਬਾਜ਼ੀ ਹੋ ਰਹੀ ਹੈ, ਜਿਹਦੇ ਅਸੀਂ ਗੁਪਤ ਸੂਚਨਾ ਦੇ ਆਧਾਰ 'ਤੇ ਉੱਥੇ ਸ਼ਮਸ਼ਾਨ ਘਾਟ ਦੇ ਨਜ਼ਦੀਕ ਪੁੱਜੇ ਤਾਂ ਉੱਥੇ ਸਾਨੂੰ ਇੱਕ ਟਰੱਕ ਅਤੇ ਇੱਕ ਕੈਂਪਰ ਗੱਡੀ ਜਿਹੜੀ ਹੈ ਮਿਲੀ ਹੈ, ਜਿਸਦੇ ਵਿੱਚ ਇੱਕ ਆਦਮੀ ਬੈਠਾ ਹੋਇਆ ਸੀਗਾ ਰਾਹੁਲ ਨਾਮ ਦਾ, ਉਹ ਫੜਿਆ ਗਿਆ ਅਤੇ ਦੋ ਨੋਵਾ ਗੱਡੀਆਂ ਜਿਹੜੀਆਂ ਮੌਕੇ ਤੋਂ ਭੱਜ ਗਈਆਂ। ਰਿਕਵਰੀ ਜੀ 605 ਬੋਕਸਿਸ ਜਿਹੜੇ ਹੈਗੇ ਆ ਅਰੁਣਾਚਲ ਪ੍ਰਦੇਸ਼ ਦੇ ਫਾਰਸੇਲੀ ਨੇ ਅਰੁਣਾਚਲ ਪ੍ਰਦੇਸ਼ ਦੇ ਮਿਲੇ ਆ, ਬਾਰੇ ਅਸੀਂ ਛਾਣਬੀਨ ਕਰ ਰਹੇ ਹਾਂ ਵੀ ਵੋਟਾਂ ਵਾਲੀ ਜੇ ਕਿਸੇ ਕੈਂਡੀਡੇਟ ਦੇ ਬਾਰੇ ਹੈ, ਇਹਨੀ ਇਸ ਬਾਰੇ ਅਸੀਂ ਛਾਣਬੀਨ ਕਰ ਰਹੇ ਹਾਂ। ਤਫਤੀਸ਼ 'ਤੇ ਅਜੇ ਫਿਲਹਾਲ ਜਿਹੜਾ ਇੱਕ ਮੇਨ ਸਮੱਗਲਰ ਦਾ ਨਾਮ ਸਾਹਮਣੇ ਆਇਆ ਉਹ ਬੱਬੂ ਹੈ ਸਾਰੰਗਵਾਲ ਦਾ, ਇਹ ਕਾਰਵਾਈ ਹੁਣ ਇਹਨੂੰ ਅਦਾਲਤ 'ਚ ਪੇਸ਼ ਕਰਕੇ ਇਹਦਾ ਰਿਮਾਂਡ ਲੈ ਕੇ ਅਤੇ ਬਾਕੀ ਜਿਹੜੇ ਟਰੱਕ ਦੇ ਵਿੱਚੋਂ ਸਾਨੂੰ ਕਾਗਜ਼ ਮਿਲੇ ਉਹਦੇ ਮਾਲਕਾਂ ਨੇ ਅਪ ਕਰਕੇ ਬਾਕੀ ਪ੍ਰੋਗਰੈਸ ਕੀਤੀ ਜਾਵੇ।